ਪਰ ਸਤਿ ਸ਼੍ਰੀ ਅਕਾਲ, ਅੱਜ ਆਪਾਂ ਤੁਹਾਨੂੰ ਬਹੁਤ ਹੀ ਸੋਹਣਾ ਅਤੇ ਸੌਖਾ ਡਿਜ਼ਾਇਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਬਣਾਉਣ ਵਿੱਚ ਬਹੁਤ ਸੌਖਾ। ਇਹ ਆਪਾਂ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾਏ ਆ। ਪਹਿਲਾਂ ਆਪਾਂ ਇੱਕ ਸਿਲਾਈ ਸਿੱਧੀ ਅਤੇ ਇੱਕ ਪੁੱਠੀ ਬਣਾਈ, ਫਿਰ ਆਪਾਂ ਡਿਜ਼ਾਇਨ ਬਣਾਇਆ। ਹੁਣ ਆਪਾਂ ਫਿਰ ਇੱਕ ਸਿਲਾਈ ਸਿੱਧੀ ਅਤੇ ਇੱਕ ਆਪਾਂ ਪੁੱਠੀ ਬਣਾਵਾਂਗੇ ਡਿਜ਼ਾਇਨ ਸ਼ੁਰੂ ਕਰਨ ਤੋਂ ਪਹਿਲਾਂ। ਇਸ ਤਰ੍ਹਾਂ ਡਿਜ਼ਾਇਨ ਬਣ ਕੇ ਬਹੁਤ ਸੋਹਣਾ ਲੱਗਦਾ, ਭਾਵੇਂ ਬੱਚਿਆਂ ਦੇ ਪਾਓ, ਜੈਂਟਸ ਅਤੇ ਲੇਡੀਜ਼ ਅਤੇ। ਇਸ ਦਾ ਬਾਰਡਰ ਵੀ ਬਣ ਸਕਦਾ ਵਾ। ਇਹ ਸਿਰਫ ਚਾਰ ਸਿਲਾਈ ਦਾ ਡਿਜ਼ਾਇਨ ਆ। ਇੱਕ ਆਪਾਂ ਹੁਣ ਇੱਕ ਸਿੱਧੀ ਸਿਲਾਈ ਬਣਾ ਲਈ, ਜਾਂ ਫਿਰ ਆਪਾਂ ਇੱਕ ਪੁੱਠੀ ਸਿਲਾਈ ਬਣਾਵਾਂਗੇ। ਓਕੇ, ਇਸ ਤਰ੍ਹਾਂ ਇੱਕ ਆਪਾਂ ਪੁੱਠੀ ਸਿਲਾਈ ਬਣਾਈ। ਹੁਣ ਆਪਾਂ ਸਿੱਧੀ ਸਿਲਾਈ ਡਿਜ਼ਾਇਨ ਸ਼ੁਰੂ ਕਰਨ ਲੱਗੇ ਹਾਂ। ਆ ਵੇਖੋ, ਇੱਕ ਕੁੰਡਾ ਆਪਾਂ ਭਾਵੇਂ ਉਤਾਰ ਲਓ ਭਾਵੇਂ ਉਣ ਲਓ। ਹੁਣ ਆਪਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਲਿਆ, ਫਿਰ ਆਪਾਂ ਇਸ ਤਰ੍ਹਾਂ ਹੀ ਉਣਿਆ, ਇਸ ਤਰ੍ਹਾਂ। ਫਿਰ ਆਪਾਂ ਇਸ ਤਰ੍ਹਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਲਿਆ ਕੇ ਫਿਰ ਆਪਾਂ ਇਸ ਤਰ੍ਹਾਂ ਬਣਾਇਆ। ਫਿਰ ਆਪਾਂ ਦੋ ਕੁੰਡਿਆਂ ਨੂੰ ਇਸ ਤਰ੍ਹਾਂ ਲਿਆ ਕੇ ਫਿਰ ਆਪਾਂ ਇਸ ਤਰ੍ਹਾਂ ਬਣਾਇਆ, ਇਸ ਤਰ੍ਹਾਂ। ਫਿਰ ਦੋ ਕੁੰਡਿਆਂ ਨੂੰ ਆਪਾਂ ਇਸ ਤਰ੍ਹਾਂ ਕਰਕੇ ਫਿਰ ਆਪਾਂ ਇਸ ਤਰ੍ਹਾਂ ਆਪਾਂ ਲੈ ਲਈ, ਇਸ ਤਰ੍ਹਾਂ। ਫਿਰ ਆਪਾਂ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ, ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ। ਇਸ ਤਰ੍ਹਾਂ ਕਰਕੇ ਇਸ ਫਿਰ ਇੱਕ ਕੁੰਡਾ ਸਿੱਧਾ ਬਣਾ ਲਿਆ। ਇਹ ਆਪਣੀ ਅਗਲੀ ਸਿਲਾਈ ਕੰਪਲੀਟ ਹੋ ਗਈ। ਹੁਣ ਆਪਾਂ ਬੈਕ ਸਿਲਾਈ 'ਤੇ ਆ ਗਏ। ਬੈਕ ਸਿਲਾਈ ਆ ਗਏ, ਇਹ ਸਿਲਾਈ ਹੁਣ ਆਪਣੀ ਵੇਖਣ ਵਾਲੀ ਹੈ। ਇੱਕ ਕੁੰਡਾ ਆਪਾਂ ਉਤਾਰ ਲਿਆ, ਇੱਕ ਕੁੰਡਾ ਆਪਾਂ ਇੱਥੋਂ ਚੁੱਕ ਲਿਆ, ਇਹਨੂੰ ਆਪਾਂ ਇਸ ਤਰ੍ਹਾਂ ਬੁਣ ਲਿਆ। ਫਿਰ ਆਪਾਂ ਇੱਕ ਕੁੰਡਾ ਇਸ ਤਰ੍ਹਾਂ ਬੁਣ ਲਿਆ, ਫਿਰ ਆਪਾਂ ਇੱਕ ਕੁੰਡਾ ਇੱਥੇ ਚੁੱਕ ਲਿਆ, ਫਿਰ ਉਹ ਬੁਣ ਲਿਆ, ਫਿਰ ਆਪਾਂ ਇੱਕ ਕੁੰਡਾ ਬੁਣ ਲਿਆ, ਫਿਰ ਆਪਾਂ ਇੱਕ ਕੁੰਡਾ ਇੱਥੇ ਚੁੱਕ ਲਿਆ, ਇੱਕ ਕੁੰਡਾ ਬੁਣ ਲਿਆ, ਫਿਰ ਇੱਕ ਕੁੰਡਾ ਆਪਾਂ ਫਿਰ ਇੱਥੇ ਚੁੱਕ ਲਿਆ, ਫਿਰ ਇਹਨੂੰ ਬੁਣ ਲਿਆ, ਫਿਰ ਇੱਕ ਕੁੰਡਾ ਆਪਾਂ ਇੱਥੇ ਚੁੱਕ ਲਿਆ, ਫਿਰ ਇੱਕ ਕੁੰਡਾ ਆਪਾਂ ਇੱਥੋਂ ਫਿਰ ਚੁੱਕ ਲਿਆ, ਇਹਨੂੰ ਇਸ ਤਰ੍ਹਾਂ ਬੁਣ ਲਿਆ, ਫਿਰ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਫਿਰ ਚੁੱਕ ਲਿਆ, ਫਿਰ ਇੱਕ ਕੁੰਡਾ ਆਪਾਂ ਫਿਰ ਇੱਥੋਂ ਚੁੱਕ ਲਿਆ,
ਆਪਣੇ ਕੁੰਡੇ ਜਿੰਨੇ ਆਪਾਂ ਘਟਾਏ ਸੀਗੇ ਉਹ ਆਪਣੇ ਪੂਰੇ ਹੋ ਗਏ। ਫਿਰ ਆਪਾਂ ਇਸ ਤਰ੍ਹਾਂ ਫਿਰ ਇੱਕ ਸਿਲਾਈ ਸਿੱਧੀ ਡਿਜ਼ਾਇਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ। ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਕ ਸਿਲਾਈ ਫਿਰ ਆਪਾਂ ਇਸ ਤਰ੍ਹਾਂ ਸਿੱਧੀ ਬਣਾ ਲਈ। ਹੁਣ ਫਿਰ ਪੁੱਠੀ ਸਿਲਾਈ ਇਸ ਤਰ੍ਹਾਂ ਡਿਜ਼ਾਇਨ ਬਣ ਕੇ ਬਹੁਤ ਸੋਹਣਾ ਤਿਆਰ ਹੁੰਦਾ ਹੈ। ਇਹ ਆਪਾਂ ਕਿਸੇ ਪ੍ਰੋਜੈਕਟ 'ਤੇ ਛੋਟਾ ਛੋਟਾ ਪਾ ਸਕਦੇ ਹਾਂ ਡਿਜ਼ਾਇਨ।